ਜੇ ਪੰਜਾਬ ਦੇ ਉੱਤੇ 3 ਲੱਖ ਕਰੋੜ ਰੁਪਈਏ ਦਾ ਕਰਜ਼ਾ ਤੇ ਮੈਂ ਨਵਜੋਤ ਸਿੰਘ ਸਿੱਧੂ ਦਾਅਵੇ ਨਾਲ ਕਹਿੰਦਾ ਕਿ ਉਹ 3 ਦਾ 3 ਲੱਖ 100 ਚੋਰ ਪਰਿਵਾਰਾਂ ਦੀ ਜੇਬ ਚ ਪੰਜਾਬ ਸਰਕਾਰ ਦਾਲਾਂ ਦੇ ਉੱਤੇ ਤੇ ਜਿੰਨੇ ਤੇਲ ਬੀਜ ਨੇ ਉਹਦੇ ਤੇ ਜੱਟਾਂ ਨੂੰ MSP ਦਊਗੀ 43 ਟਕਾ ਤੇ ਪੰਜਾਬ ਸਰਕਾਰ ਦੀ ਕੋਈ ਸਕੀਮ ਨਹੀਂ ਹੋਣੀ ਚਾਹੀਦੀ, ਪਾਲਿਸੀ ਹੋਣੀ ਚਾਹੀਦੀ ਹੈ ਜਿਹਦੇ ਮਗਰ ਬਜਟਰੀ ਐਲੋਕੇਸ਼ਨ ਹੋਣੀ ਚਾਹੀਦੀ ਹੈ, ਜਿਹਨੂੰ ਲੋਕ ਵਿਸ਼ਵਾਸ ਕਰਨ, ਉਹੀ ਪੰਜਾਬ ਮਾਡਲ ਹੈ। ਆਪਣਾ ਜਿਹੜਾ ਪੰਜਾਬ ਦਾ ਰੋਡ ਮੈਪ ਲੈ ਕੇ ਚੋਂ 25 ਹਜ਼ਾਰ ਕਰੋੜ ਰੁਪਈਆ ਪਿਛਲੇ ਕਰਜ਼ੇ ਦਾ ਸੂਦ ਲਾਉਣ ਡਏ ਆ। ਇਹ ਕਿਸਨੇ ਨਹੀਂ ਦੱਸਣਾ ਤੁਹਾਨੂੰ, ਇਹ ਸਿੱਧੂ ਦੱਸ ਰਿਹਾ। ਜੇ ਪੰਜਾਬ ਦੇ ਉੱਤੇ 3 ਲੱਖ ਕਰੋੜ ਰੁਪਈਏ ਦਾ ਕਰਜ਼ਾ ਤੇ ਮੈਂ ਨਵਜੋਤ ਸਿੰਘ ਸਿੱਧੂ ਦਾਅਵੇ ਨਾਲ ਕਹਿੰਦਾ ਕਿ ਉਹ 3 ਦਾ 3 ਲੱਖ 100 ਚੋਰ ਪਰਿਵਾਰਾਂ ਦੀ ਜੇਬ ਚ ਕਿ ਰੇਤਾ ਜਿਹੜਾ ਅੱਜ 3400-3500 ਨੂੰ ਕੀੜੀ ਮਿਲਦਾ ਤੇ ਪਠਾਨਕੋਟ ਜਾਂ ਜਿਹੜਾ 4400 ਨੂੰ ਮਿਲਦਾ, ਜੇ 1000 ਰੁਪਈਏ ਰੇਤਾ ਤੁਹਾਡੇ ਘਰੇ ਨਾ ਸਿੱਟਿਆ ਤੇ ਸਿੱਧੂ ਨਾਮ ਨਾ ਕਹੀਓ ਮੈਨੂੰ ਸ਼ਰਾਬ। ਮੈਂ ਸ਼ਰਾਬ ਦੇ ਹੱਕ ਚ ਨਹੀਂ, ਪਰ ਜੇ ਸ਼ਰਾਬ ਵਿਕਦੀ ਹੈ ਤੇ ਉਹ ਖਜ਼ਾਨੇ ਚ ਕਿਉਂ ਨਾ ਆਵੇ ਉਹਦਾ ਪੈਸਾ? ਕਿਉਂ ਹੁਕਮਰਾਨ ਮਿਲ ਮਿਲ ਕੇ 200 ਦੀ ਸ਼ਰਾਬ 1200-1200 ਚ ਵੇਚਣ? ਕਿਉਂ ਡਿਸਟਿਲਰੀਆਂ ਲੱਗਣ ਔਰ ਉਹਨਾਂ ਡਿਸਟਿਲਰੀਆਂ ਦੀ ਸ਼ਰਾਬ ਦੇ ਨਾਲ 500-500 ਬੰਦੇ ਬਿਲਕ ਕੇ ਮਰਨ? ਕਿਉਂ? ਤੇ ਮੈਂ ਨਵਜੋਤ ਸਿੰਘ ਸਿੱਧੂ ਤੁਹਾਨੂੰ ਕਹਿੰਦਾ ਔਰ ਦਾਅਵੇ ਨਾਲ ਕਹਿੰਦਾ ਕਿ ਜਿਹੜਾ ਅੱਜ ਸ਼ਰਾਬ ਤੋਂ 3000 ਕਰੋੜ ਰੁਪਈਆ ਆਇਆ ਇਹਦੇ ਅੱਗੇ ਇੱਕ ਜੀਰੋ ਜੋੜ ਦਿਓ, 30000 ਕਰੋੜ ਰੁਪਈਆ ਖਜ਼ਾਨੇ ਦੇ ਵਿੱਚ ਨਾ ਆਵੇ, ਸਿੱਧੂ ਨਾਮ ਨਾ ਰੱਖਿਓ ਨਵਜੋਤ ਸਿੰਘ ਸਿੱਧੂ। ਪੰਜਾਬ ਸਰਕਾਰ ਦਾਲਾਂ ਦੇ ਉੱਤੇ ਤੇ ਜਿੰਨੇ ਤੇਲ ਬੀਜ ਨੇ ਉਹਦੇ ਤੇ ਜੱਟਾਂ ਨੂੰ MSP ਦਊਗੀ 43 ਟਕਾ ਤੇ ਮੈਂ ਤੁਹਾਨੂੰ ਅੱਜ ਲਿਖ ਕੇ ਕਹਿਣਾ ਕਿ ਅੱਜ ਅਗਰ ਕੋਈ ਸ਼ਾਰਟਕੱਟ ਹੈ ਸਾਡੇ ਖਾਤਰ, ਸਾਡੀਆਂ ਕਿਸਮਤਾਂ ਦੇ ਉੱਤੇ ਤਾਲੇ ਲਾਏ ਨੇ ਤਾਂ ਉਹ ਬਾਰਡਰਾਂ ਨੇ ਲਾਏ ਨੇ। ਅੰਮ੍ਰਿਤਸਰ ਸਭ ਤੋਂ ਵੱਡੀ ਮੰਡੀ ਸੀ ਤੇ ਅੱਜ ਤੁਹਾਡੀ 20 ਸਾਲ ਦੇ ਵਿੱਚ ਜਿਣਸ ਦੀ ਜਿਹੜੀ ਕੀਮਤ ਹੈ ਇਹਨਾਂ ਨੇ 1300 ਤੋਂ 1700 ਕੀਤੀ ਹੈ। ਆਹ ਲਓ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਕਣਕ ਰੱਖੋ 1700 ਤੋਂ ਸਿੱਧੀ 3000, ਬਾਸਮਤੀ ਰੱਖੋ 3200 ਦੀ 7000, ਮਟਰ 5 ਰੁਪਈਏ ਦਾ ਕਦੇ 25 ਟੁੱਟਿਆ ਨਹੀਂ, ਟਮਾਟਰ 3 ਰੁਪਈਏ ਦਾ ਕਦੇ 30 ਟੁੱਟਿਆ ਨਹੀਂ, ਅਦਰਕ 25 ਰੁਪਈਏ ਦਾ ਕਦੇ 150 ਤੋਂ ਥੱਲੇ ਆਇਆ ਨਹੀਂ, ਤੇ ਕਿਉਂ ਸਾਡੀਆਂ ਕਿਸਮਤਾਂ ਦੇ ਉੱਤੇ ਤਾਲੇ ਲਾਤੇ? ਤੇ ਜੇ ਅੰਮ੍ਰਿਤਸਰ ਤੋਂ ਕਿਸੇ ਨੇ ਲਾਹੌਰ ਜਾਣਾ ਹੋਵੇ ਤੇ ਸਾਡਾ ਸਮਾਨ 2100 ਕਿਲੋਮੀਟਰ ਦੂਰ ਹੋ ਜਾਂਦਾ, ਅਡਾਨੀ ਦੇ ਪੋਰਟ ਤੇ ਜਾਂਦਾ ਤੇ ਕਰਾਚੀ ਬੰਬੇ ਖੁੱਲ੍ਹਾ ਤੇ ਭਾਈ ਅੰਮ੍ਰਿਤਸਰ ਲਾਹੌਰ ਖੁੱਲ੍ਹਾ ਕਿਉਂ ਨਾ ਹੋਵੇ? ਤੇ ਜੇ ਜੱਟਾਂ ਨੂੰ ਤਰੱਕੀ ਕਰਾਉਣੀ ਹੈ ਤੇ ਅੰਮ੍ਰਿਤਸਰ ਲਾਹੌਰ ਹੀ ਖੋਲ ਦਿਓ, 34 ਦੇਸ਼ਾਂ ਦਾ ਵਪਾਰ ਹੀ ਖੋਲ ਦਿਓ। ਜੇ 6 ਮਹੀਨਿਆਂ ਦੇ ਵਿੱਚ ਤੁਸੀਂ 60 ਸਾਲ ਦੀ ਤਰੱਕੀ ਨਾ ਕਰੇ ਤੇ ਸਾਹਾ ਲਾ ਕੇ ਸਿੱਧੂ ਕਰ ਦਿਓ, ਸਾਹਾ ਲਾ ਕੇ ਸਿੱਧੂ। ਇਹ ਸਰਕਾਰਾਂ ਸਾਨੂੰ ਮਾਰਦੀਆਂ ਰਹੀਆਂ, ਇਹ ਸਰਕਾਰਾਂ ਸਾਨੂੰ ਝੂਠ ਬੋਲਦੀਆਂ ਰਹੀਆਂ,